Vaijukji ka khalsa, ka pate, Punjabi Reader 4A 2020 edition, Lesson 23, which the aya nu. just ek fun story parangi, um, and it's about being kind, kind-hearted, um, but also being a little bit wiser. So here is a little chompari, is also called, is called chuggi. Here is baby, baby pato. She's sitting on her manji. This is her bed. ਇਰਜ਼ੇ ਕੜਾ ਪਾਣੀ ਦਾ ਕੜਾ ਇੱਥੇ ਫਲਾਂ ਦੀ ਟੋਕਰੀ ਟੰਗੀ ਹੋਈ ਹੈ ਉਹਨਾਂ ਨੇ ਉਹਨਾਂ ਦੇ ਘਰ ਦੇ ਬਾਹਰ ਇੱਕ ਦਰਖਤ ਹੈਗਾ ਤੇ ਇੱਕ ਬਾਲਟੀ ਪਈ ਹੈ ਥੱਲੇ ਤੇ ਇੱਕ ਝਾੜੂ ਥੱਲੇ ਪਿਆ ਐਂਡ ਦੈਟਸ 올 ਦਾ ਸਪੇਸ ਹੀ ਹੈਜ਼ ਦੈਟਸ 올 ਦਾ ਹਾਊਸ ਸ਼ੀ ਹੈਜ਼ ਠੀਕ ਹੈ lettes see what happens in her house ਬੇਬੇ ਫੱਤੋ ਇੱਕ ਛੋਟੀ ਜਿਹੀ ਚੌਂਪੜੀ ਵਿੱਚ ਰਹਿੰਦੀ ਸੀ ਉਸ ਕੋਲ ਇੱਕ ਮੰਜੀ ਸੀ ਮਨਜੀਤ ਤੇ ਸਰਾਣਾ ਸੀ ਸਸਰਾਣਾ ਇਸ ਇਜ਼ ਬਿਲੋ ਇੱਕ ਝਾੜੂ ਤੇ ਇੱਕ ਬਾਲਟੀ ਸੀ ਇੱਕ ਪਾਣੀ ਦਾ ਭਰਿਆ ਹੋਇਆ ਘੜਾ ਸੀ ਦਿਸ ਵਨ ਪੰਛੀ ਵਿੱਚ ਦੋ ਰੋਟੀਆਂ ਸਨ ਸੋ ਦਿਸ ਇਜ਼ 25 ਦਿਸ ਇਜ਼ ਅਮ ਔਰ ਦਿਸ ਇਜ਼ ਪੰਛੀ ਆਈ ਥਿੰਕ ਦਿਸ ਇਜ਼ ਪੰਛੀ ਇੱਕ ਦਿਨ ਮੀਂਹ ਪੈ ਰਿਹਾ ਸੀ ਇੱਕ ਛੋਟਾ ਬਲੂੰਗੜਾ ਬੇਬੇ ਫੱਤੋ ਦੀ ਚੰਪਕੜੀ ਤੇ ਆਇਆ ਸੋ ਦਿਸ ਟੂ ਇੱਕ ਦੇ ਸ਼ੁੱਡ ਬੀ ਵਨ ਬੇਬੇ ਫੱਤੋ ਬਾਰਬਤ ਮੀ ਹੈ ਮੈਂ ਭੁੱਖਾ ਵੀ ਹਾਂ ਮੈਂ ਅੰਦਰ ਆ ਜਾਵਾਂ ਬੇਬੇ ਫੱਤੋ ਨੇ ਉਦਾਸ ਬਲੂੰਗੜੇ ਨੂੰ ਦੇਖਿਆ ਉਸਦੇ ਦਿਮਾਗ ਨੇ ਕਿਹਾ ਤੇਰੀ ਝੌਂਪੜੀ ਵਿੱਚ ਥਾਂ ਤਾਂ ਹੈ ਨਹੀਂ ਖਾਣ ਨੂੰ ਵੀ ਕੁਝ ਨਹੀਂ ਪਰ ਉਸਦੇ ਦਿਲ ਨੇ ਕਿਹਾ ਕੋਈ ਨਾ ਕੋਈ ਨਾ ਤੂੰ ਇਹਨੂੰ ਅੰਦਰ ਲੈ ਆ ਬੇਬੇ ਫੱਤੋ ਨੇ ਬਲੂੰਗੜੇ ਨੂੰ ਅੰਦਰ ਲਿਆਂਦਾ ਉਸ ਨੂੰ ਖਾਣ ਲਈ ਚੌਥਾ ਹਿੱਸਾ ਰੋਟੀ ਦਿੱਤੀ ਬਲੰਗੜਾ ਚੁੱਪ ਕਰਕੇ ਚੌਂਪੜੀ ਦੇ ਕੋਨੇ ਵਿੱਚ ਸੌਂ ਗਿਆ। ਥੋੜੀ ਦੇਰ ਬਾਅਦ ਇੱਕ ਕਾਲਾ ਕਤੂਰਾ ਬੀਬੇ ਫੱਤੋ ਦੀ ਚੌਂਪੜੀ ਤੇ ਆਇਆ। ਬੀਬੇ ਫੱਤੋ, ਬਾਰ ਬੋਤ ਮੀ ਹੈ, ਮੈਂ ਭੁੱਖਾ ਵੀ ਹਾਂ, ਮੈਂ ਅੰਦਰ ਆ ਜਾਵਾਂ। ਬੀਬੇ ਫੱਤੋ ਨੇ ਉਦਾਸ ਕਾਲੇ ਕਤੂਰੇ ਨੂੰ ਦੇਖਿਆ। ਉਸਦੇ ਦਿਮਾਗ ਨੇ ਕਿਹਾ ਤੇਰੀ ਚੌਂਪੜੀ ਵਿੱਚ ਥਾਂ ਨਹੀਂ ਹੈ, ਖਾਣ ਨੂੰ ਵੀ ਕੁਝ ਨਹੀਂ। ਪਰ ਉਸਦੇ ਦਿਲ ਨੇ ਕਿਹਾ ਕੋਈ ਨਾ ਕੋਈ ਨਾ। ਤੂ ਨੂੰ ਅੰਦਰ ਲਿਆ ਬੇਬੇ ਫੱਤੋ ਨੇ ਕਤੂਰੇ ਨੂੰ ਅੰਦਰ ਲੈ ਆਂਦਾ ਉਸ ਨੂੰ ਖਾਣ ਲਈ ਚੌਥਾ ਹਿੱਸਾ ਰੋਟੀ ਦਿੱਤੀ ਕਤੂਰੇ ਨੇ ਬਿੱਲੀ ਨੂੰ ਦੇਖਿਆ ਉਸ ਨੂੰ ਆਪਣੇ ਦੰਦ ਕੱਢ ਕੇ ਡਰਾਇਆ ਬਿੱਲੀ ਨੇ ਉਸ ਨੂੰ ਆਪਣੇ ਦੰਦ ਕੱਢ ਕੇ ਡਰਾਇਆ ਕਤੂਰਾ ਚੁੱਪ ਕਰਕੇ ਮੰਜੀ ਦੇ ਹੇਠਾਂ ਸੌਂ ਗਿਆ ਬੇਬੇ ਫੱਤੋ ਬਲੂੰਗੜਾ ਤੇ ਕਤੂਰਾ ਚੌਂਪੜੀ ਵਿੱਚ ਖੁਸ਼ ਸਨ ਥੋੜੀ ਦੇਰ ਬਾਅਦ ਇੱਕ ਨਿੱਕੀ ਜਿਹੀ ਸਲੇਤੀ ਚੂਹੀ ਬੇਬੇ ਫੱਤੂ ਦੀ ਚੌਂਪੜੀ ਤੇ ਆਈ ਬੇਬੇ ਫੱਤੂ ਬਾਹਰ ਬਹੁਤ ਮੀ ਹੈ ਮੈਂ ਭੁੱਖੀ ਵੀ ਆ ਮੈਂ ਅੰਦਰ ਆ ਜਾਵਾਂ ਬੇਬੇ ਫੱਤੂ ਨੇ ਉਦਾਸ ਚੂਹੀ ਨੂੰ ਦੇਖਿਆ ਉਸਦੇ ਦਿਮਾਗ ਨੇ ਕਿਹਾ ਤੇਰੀ ਚੌਂਪੜੀ ਵਿੱਚ ਚੂਹੀ ਲਈ ਕੋਈ ਥਾਂ ਨਹੀਂ ਖਾਣ ਨੂੰ ਵੀ ਕੁਝ ਨਹੀਂ ਬਿੱਲੀ ਵੀ ਇਸਦੀ ਦੁਸ਼ਮਣ ਹੈ ਪਰ ਉਸਦੇ ਦਿਲ ਨੇ ਕਿਹਾ ਕੋਈ ਨਾ ਕੋਈ ਨਾ ਤੂੰ ਇਹਨੂੰ ਅੰਦਰ ਲੈ ਆ ਇੱਕ ਨਿੱਕੀ ਜਿਹੀ ਚੂਹੀ ਤਾਂ ਹੈ ਇਸ ਵਾਰੀ ਬੇਬੇ ਫੱਤੂ ਦੇ ਦਿਮਾਗ ਨੇ ਠੀਕ ਹੀ ਗਿਆ ਸੀ ਜਿਵੇਂ ਨਿੱਕੀ ਚੂਹੀ ਝੌਂਪੜੀ ਵਿੱਚ ਆਈ ਬਿੱਲੀ ਚੂਹੀ ਨੂੰ ਫੜਨ ਤੋੜੀ ਕਤੂਰਾ ਬਿੱਲੀ ਦੇ ਪਿੱਛੇ ਦੌੜਿਆ ਚੂਹੀ ਕੜੇ ਦੇ ਪਿੱਛੇ ਲੁਕ ਗਈ ਬਿੱਲੀ ਨੇ ਛਾਲ ਮਾਰ ਕੇ ਕੜਾ ਥੱਲੇ ਸੁੱਟ ਦਿੱਤਾ ਕੜਾ ਟੁੱਟ ਗਿਆ ਬੇਬੇ ਫੱਤੂ ਨੇ ਚੂਹੀ ਨੂੰ ਫੜ ਕੇ ਬਾਲਟੀ ਦੇ ਹੇਠਾਂ ਬੰਦ ਕਰ ਦਿੱਤਾ ਬਲੂੰਗੜਾ ਆਰਾਮ ਨਾਲ ਬੈਠ ਗਿਆ ਕਤੂਰਾ ਮੰਜੀ ਦੇ ਹੇਠਾਂ ਸੌ ਗਿਆ। ਬੀਬੇ ਫੱਤੋ ਪੰਜੇ ਉੱਤੇ ਸੌ ਗਈ। ਜਿਵੇਂ ਹੀ ਮੀ ਰੁਕਿਆ ਬਿੱਲੀ ਅਤੇ ਕਤੂਰਾ ਬਾਹਰ ਚਲੇ ਗਏ। ਬੀਬੇ ਫੱਤੋ ਨੇ ਚੂਹੀ ਨੂੰ ਬਾਲਟੀ ਦੇ ਥੱਲਿਓਂ ਬਾਹਰ ਕੱਢਿਆ। ਉਹ ਵੀ ਫਟਾਫਟ ਬਾਹਰ ਦੌੜ ਗਈ। ਸੋ ਥਿਸ ਸਟੋਰੀ ਟੀਚਸ ਅਸੇ ਲੈਸਨ ਵੀ ਮਸਟ ਬੀ ਕਾਈਂਡ ਐਂਡ ਹੈਲਪ ਐਸ ਮਨੀ ਪੀਪਲ ਐਸ ਵੀ ਕੈਨ। ਸਮ ਟਾਈਮਸ ਲਾਈਫ ਕੈਨ ਬੀ ਅਨਕੰਫਰਟੇਬਲ ਵਾਈਲ ਡੂਇੰਗ ਸੋ।

ਇਹਟਾ ਲਿਖੇ ਸ਼ਬਦਾਂ ਨੂੰ ਉਹਨਾਂ ਦੇ ਉਲਟ ਸ਼ਬਦਾਂ ਨਾਲ ਮਿਲਾਉਣਾ ਠੀਕ ਹੈ ਸੋ ðiਸ ਆਰ ði ਵਰਡ ðiਸ ਆਰ ði ਐਂਟੋਨਿਮਸ ਐਂਡ ਅਨੋਤੀ ਸਿਗਨੈਕਟ ਕਰੋਗੇ ਬੁੱਧਵਾਰ ਠੀਕ ਜਾਂ ਗਲਤ ਕਹਾਣੀ ਦੇ ਆਧਾਰ ਤੇ ਲਿਖੋ ਠੀਕ ਹੈ ਸੋ ਇਹ ਠੀਕ ਹੈ ਗਲਤ ਗਲਤ ਗੱਲ ਹੈ ਠੀਕ ਹੈ ਤੇ ਵੀਰਵਾਰ ਰੀਡ ði ਸਟੋਰੀ ਅਗੇਨ ਹਾਊ ਲੰਗ ਡਿਡ ਇਟ ਟੇਕ ਐਂਡ ਮੇਕ ਸ਼ੂ ਯੂ ਟੈਲ ði ਸਟੋਰੀ ਟੂ ਸਬਾਡੀ ਥੈਟਸ ਹਾਊ ਯੂ ਲਰਨ ਪੰਜਾਬੀ ਠੀਕ ਹੈ ਸੋ ðiਸ ਇਜ਼ ਇਟ ਐਂਡ ðiਸ ਵਾਸ ਨਾਟ ਟੂ ਹਾਰਡ we will um, see each other soon until then keep on practicing punjabi vaheguru ji ka khalsa vaheguru ji ki fateh